ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਦ ਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਲ ਪੰਜਾਬ ਤੇ ਹਿਮਾਚਲ ਦੇ ਟੈਕਸੀ ਡਰਾਈਵਰਾਂ ਦਾ ਬਿਵਾਦ ਹੋਇਆ ਹੋਰ ਡੂੰਗਾ ਚੰਡੀਗੜ੍ਹ ਦੇ ਵਿੱਚ ਆ ਇਕੱਠੇ ਹੋਏ ਪੰਜਾਬ ਦੇ ਟੈਕਸੀ ਚਾਲਕਣ ਕੀਤਾ ਵੱਡਾ ਐਲਾਨ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਟੈਕਸੀ ਡਰਾਈਵਰ ਜੂਨੀਆ ਵਿਚਾਲੇ ਚੱਲ ਰਿਹਾ ਵਿਵਾਦ ਹੋਰਾ ਡੂੰਘਾ ਹੋ ਗਿਆ ਸੋਮਵਾਰ ਨੂੰ ਚੰਡੀਗੜ੍ਹ ਦੇ ਸੈਕਟਰ 25 ਦੇ ਵਿੱਚ ਪੰਜਾਬ ਦੇ ਟੈਕਸੀ ਚਾਲਕਾਂ ਨੇ ਬਲੋ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੜਤਾਲ ਤੇ ਬੈਠੇ ਡਰਾਈਵਰਾਂ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਦੇ ਬੱਲੇ ਧਿਆਨ ਨਹੀਂ ਦੇ ਰਹੀ ਮਜਬੂਰੀ ਬਸ ਉਹਨਾਂ ਨੂੰ ਸ਼ੰਘਾਰਚ ਦੇ ਰਾਤ ਤੇ ਆਉਣਾ ਪਿਆ ਜੇ ਸਰਕਾਰ ਨੇ ਜਲਦੀ ਸੁਣਵਾਈ ਨਾ ਕੀਤੀ ਤਾਂ ਉਹ ਸੀਐਮ ਹਾਊਸ ਦੇ ਬੱਲ ਮਾਰਚ ਕਰਨਗੇ ਪੰਜਾਬ ਦੇ ਟੈਕਸੀ ਚਾਲਕਾਂ ਦੇ ਇਲਜ਼ਾਮ ਅਤੇ ਜ਼ਿਆਦਾ ਟੈਕਸੀ ਜਿਨ੍ਹਾਂ ਨੇ ਪੰਜਾਬ ਦੇ ਬੈਨਰ ਦੇ ਹੇਠ ਕੱਲ ਪੰਜਾਬ ਦੇ ਟੈਕਸੀ ਡਰਾਈਵਰ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਏ ਸਨ ਤੇ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਡਰਾਈਵਰਾਂ ਦੇ ਨਾਲ ਹਿਮਾਚਲ ਦੇ ਵਿੱਚ ਤੱਕਾ ਕੀਤਾ ਜਾ ਰਿਹਾ ਉਹਨਾਂ ਤੋਂ 3 ਗੁਣਾ ਟੈਕਸ ਬਸੂਲਿਆ ਜਾ ਰਿਹਾ ਡਰਾਈਵਰਾਂ ਦੇ ਕਟ ਮਾਰ ਵੀ ਕੀਤੀ ਜਾ ਰਹੀ ਹੈ ਇੱਕ ਤੋਂ ਬਾਅਦ ਇੱਕ ਅਜਿਹੇ ਘਟਨਾਵਾਂ ਵਾਪਰੀਆਂ ਨਾਜ਼ਰ ਵਿੱਚ ਹੈ ਡਰਾਈਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਸੋਸ਼ਲ ਮੀਡੀਆ ਤੋਂ ਢੜਕਾਉ ਪੋਸਟਾਂ ਹਾਟਾਦਤਾਂ ਜਾਣ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ 12ਵੀਂ ਪਾਸ ਦੇ ਲਈ ਭਾਰਤੀ ਹਵਾਈ ਸੈਨਾ ਦੇ ਨੌਕਰੀ ਅਗਨੀਵੀਰ ਦੇ ਲਈ ਅਰਜੀ ਸ਼ੁਰੂ ਜਨ ਉਸ ਤੋਂ ਭਾਰਤੀ ਹਵਾਈ ਸੈਨਾ ਨੇ ਅਗਨੀਵੀਰ ਆ ਬਾਇਉ ਦੇ ਲਈ ਭਾਰਤ ਦਾ ਐਲਾਨ ਕੀਤਾ ਇਹਨਾਂ ਅਹੁਦਿਆਂ ਦੇ ਲਈ 12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ ਤੇ ਇਹਨਾਂ ਸਮਗੀਆਂ ਦੇ ਲਈ ਅਰਜੀ ਦੇਣ ਤੋਂ ਪਹਿਲਾਂ ਉਮੀਦਵਾਰ ਨੂੰ ਅਗਨੀ ਪਾਥ ਬਾਇਉ ਦੀ ਵੈਬਸਾਈਟ ਤੇ ਪੂਰੇ ਬਿਰਬਾਂ ਦੇ ਜਾਂਚ ਕਰਨ ਚਾਹੀਦੇ ਤੁਹਾਨੂੰ ਦੱਸਦੇ ਕਿ ਅਰਜ਼ੀ ਦੀ ਆਖਰੀ ਮਿਤੀ 28 ਜੁਲਾਈ 2024 ਹੈ। ਇਸ ਦੇ ਲਈ ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ ਤੇ ਇਸ ਤਰੀਕ ਤੋਂ ਪਹਿਲਾਂ ਕਰੋ ਤੁਹਾਨੂੰ ਦੱਸ ਦਿਆ ਕਿ ਅਗਨੀ ਬੀਰਾ ਬਾਇਉ ਦੀ ਭਾਰਤੀ ਪ੍ਰੀਖਿਆ 18 ਅਕਤੂਬਰ ਨੂੰ ਹੋਵੇਗੀ। ਅਗਨੀ ਬੀਰਾ ਬਾਇਉ ਦੀਆਂ ਆਸਾਮੀਆਂ ਦੇ ਲਈ ਅਰਜ਼ੀ ਦੇਣ ਦੇ ਲਈ ਉਮੀਦਵਾਰ ਦੇ ਲਈ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਸਬੰਧਤ अनुशासन ਦੇ ਬੱਚਾ 12ਵੀਂ ਪੱਧਰ ਤੱਕ ਦਾ ਵਿਗਿਆਨ ਅਰ ਰਸਾਇਨਾ ਗਣਿਤ ਦੇ ਬੀਸ਼ਿਆਂ ਦੇ ਨਾਲ ਇੰਜੀਨੀਅਰਿੰਗ ਦਾ ਡਿਪਲੋਮਾ ਹੋਣਾ ਚਾਹੀਦਾ ਹੈ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਕੰਟਲ ਬਟਨ ਨੂੰ ਦਬਕ ਕੇ 올 ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਕਿਸਾਨਾਂ ਤੇ ਸਰਕਾਰੀ ਮਾਰ ਮੰਡੀਆਂ ਦੇ ਵਿੱਚ ਰੁਲ ਰਹੀ ਮੂੰਗੇ ਦੇ ਫਸਲ ਐਮ ਐਸ ਪੀ ਤੇ ਨਹੀਂ ਖਰੀਦ ਰਹੀ ਸਰਕਾਰ ਪੰਜਾਬ ਦੇ ਮੱਖ ਮੰਤਰੀ ਨੇ ਆਪਣੇ ਪੂਰੇ ਕੈਬਨਿਟ ਦੇ ਨਾਲ ਜਲੰਧਰ ਪੱਛਮੀ ਜਿਮਣੀ ਚੋਣ ਦੇ ਵਿੱਚ ਆ ਪਾਰਟੀ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਜਲੰਧਰ ਦੇ ਵਿੱਚ ਡੇਰਾ ਲਾਇਆ ਹੋਇਆ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਪੂਰੇ ਸੂਬੇ ਦੇ ਮੱਖ ਮੰਤਰੀ ਨੂੰ ਸਿਰਪੱਜ ਜਲੰਧਰ ਪੱਛਮੀ ਦੇ ਨਹੀਂ ਬਾਈਬਾਨੇ ਕਿਹਾ ਹੈ ਕਿ ਉਹਨਾਂ ਨੂੰ ਸਭ ਦੇ ਵਿੱਚ ਸ਼ਾਸਨ ਕਰਨਾ ਚਾਹੀਦਾ ਨਾ ਕਿ ਜਿਮਣੀ ਚੋਣ ਦੇ ਵਿੱਚ ਪ੍ਰਚਾਰ ਕਰਨਾ ਮਰੋਧੀ ਧਰ ਦੇ ਆਗੂ ਨੇ ਕਹਿ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦਾ ਹੜ ਪ੍ਰਭਾਵਤ ਕਿਸਾਨ ਨੂੰ ਮਾਅਬਜੇ ਵਜੋਂ ਇੱਕ ਪੈਸਾ ਵੀ ਨਹੀਂ ਮਿਲਿਆ ਜੋ ਕਿ ਬਹੁਤ ਹੀ ਨਿੰਦਨਯੋਗ ਹੈ ਐਨਡੀਪੀਐਸ ਮਾਮਲੇ ਦੇ ਵਿੱਚ ਬਿਕਰਮ ਸਿੰਘਾ ਮਜੀਠੀਆ ਨੂੰ ਵੱਡੀ ਰਾਹਤ ਪੰਜਾਬ ਸਰਕਾਰ ਦੇ ਵੱਲੋਂ ਗਠਾ ਤਾ ਐਸਆਈਟੀ ਨਾਲ ਸਮਨ ਲਈ ਵਾਪਸ ਐਨਡੀਪੀਐਸ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਅਮਜੀਠਾ ਨੂੰ ਵੱਡੀ ਰਾਹਤ ਮਿਲ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਗਠਾਤ ਐਸਆਈਟੀ ਨੇ ਉਹਨਾਂ ਦੇ ਖਿਲਾਫ ਜਾਰੀ ਸਮਨ ਰੱਦ ਕਰ ਦਿੱਤਾ ਸੋਮਵਾਰ ਨੂੰ ਸੁਣਵਾਈ ਮਾਮਲੇ ਦੀ ਸੁਣਵਾਈ ਦੌਰਾਨ ਅਮਜੀਠਾ ਨੇ ਅਦਾਲਤ ਨੂੰ ਕਿਹਾ ਕਿ ਉਹਨਾਂ ਨੂੰ ਐਸਆਈਟੀ ਦੇ ਵੱਲੋਂ ਭੇਜਿਆ ਗਿਆ ਸਮਨ ਪੂਰੀ ਤਰ੍ਹਾਂ ਗਲਤ ਹੈ ਉਹਨਾਂ ਨੂੰ ਬਾਰ-ਬਾਰ ਬੇਵਜ੍ਹਾ ਬੁਲਾਇਆ ਜਾ ਰਿਹਾ ਜਦਕਿ ਹੁਣ ਤੱਕ ਦੀ ਜਾਂਚ ਦੇ ਵਿੱਚ ਐਸਆਈਟੀ ਨੂੰ ਕੁਝ ਨਹੀਂ ਮਿਲਿਆ ਅលਹਾਜਾ ਸਮਨ ਰੱਦ ਕੀਤਾ ਜਾਵੇ ਉਧਰ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਸਮਨ ਕੀਤੇ ਜਾਣ ਦਾ ਨੋਟਿਸ ਵਾਪਸ ਲਿਆ ਜਾ ਰਿਹਾ ਇਸ ਜਾਣਕਾਰੀ ਤੋਂ ਬਾਅਦ ਹਾਈ ਕੋਰਟ ਨੇ ਪਟੀਸ਼ਨ ਦਾ ਨਕਟਾਰਾ ਕਰ ਦਿੱਤਾ ਹੈ। ਅਗਲੀ ਖਬਰ ਕਾਟੂਆ ਦੇ ਵਿੱਚ ਜਹਾ ਅੱਤਵਾਦੀਆਂ ਨੇ ਫੌਜ ਦੀਆਂ ਗੱਡੀਆਂ ਤੇ ਕੀਤੀ ਗੋਲੀਬਾਰੀ ਚਾਰ ਜ਼ਬਾਨ ਸ਼ਹੀਦ 6 ਹੋਰ ਜ਼ਖਮੀ ਜਿਆਨ ਉਸ ਤੋਂ ਜੰਮੂ ਕਸ਼ਮੀਰ ਦੇ ਕਾਟੂਆ ਜ਼ਿਲ੍ਹੇ ਦੇ ਮਾਚੇਡੀ ਇਲਾਕੇ ਦੇ ਵਿੱਚ ਅਸ਼ਨੇਚਰਬਾਰ ਨੂੰ ਅੱਤਵਾਦੀਆਂ ਨੇ ਫੌਜ ਦੇ ਗੱਡੀ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਚਾਰ ਜ਼ਬਾਨਸ਼ੀ ਦੋ ਗਿਆਨ ਤੇ ਛੇ ਹੋਰ ਜ਼ਖਮੀ ਹੋ ਗਏ ਅਧਿਕਾਰੀਆਂ ਨੇ ਇਹ ਜਾਣਕਾਰ ਦਿੱਤੀ ਅੱਤਵਾਦੀਆਂ ਨੇ ਫੌਜ ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗਰਨੇਡ ਸੁੱਟਿਆ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਇਹ ਗੱਡੀ ਕਟੂਆ ਸ਼ਹਿਰ ਤੋਂ ਕਰੀਬਾ 150 ਕਿਲੋਮੀਟਰ ਦੂਰ ਲੋਹਾਈ ਮਲਹਾਰ ਦੇ ਬਦਨੋਤਾ ਪਿੰਡ ਦੇ ਨੇੜੇ ਮਾਚੇਡੀ ਕਿੰਡਲੀ ਮਲਹਾਰ ਸੜਕ ਤੇ ਦੁਪਹਿਰ ਕਰੀਬਾ 3:30 ਵਜੇ ਨਾਈ ਮਤਾ ਗਸ਼ਟਤੇ ਸਨ ਅਧਿਕਾਰੀਆਂ ਦੱਸਕੇ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਪਰ ਅੱਤਵਾਦੀ ਨੇੜੇ ਜੰਗਲ ਦੇ ਖੇਤਰ ਦੇ ਵੱਲ ਭੱਜ ਗਏ ਖਬਰ ਲਿਖੇ ਜਾਣ ਤੱਕ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦੇ ਵਿਚਾਲੇ ਰੋਕ ਰੋਕ ਕੇ ਗੋਲੀਬਾਰੀ ਜਾਰੀ ਸੀ ਇੱਕ ਅਧਿਕਾਰੀ ਨੇ ਦੱਸਿਆ ਕਿ ਕੋਲਾ ਦਾ ਸਜਬਾਨ ਜਾਕਮੇਨ ਤੇ ਉਹਨਾਂ ਵਿੱਚੋਂ 4 ਦੀ ਮੌਤ ਹੋ ਗਈ ਹੈ ਐਲਪੀਜੀ ਸਿਲੰਡਰਾਂ 300 ਰੁਪਏ ਸਸਤਾ ਜਾਣੋ ਕਿਵੇਂ ਮਿਲੇਗਾ एलपीजी गैस ਦਾ ਸਿਲੰਡਰ ਨੂੰ ਲੈ ਕੇ ਸਰਕਾਰ ਨੇ ਵੱਡਾ ਫੈਸਲਾ ਲਿਆ ਇਸ ਦੇ ਨਾਲ ਹੀ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਦੇਹ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਅਤੇ ਜਿਆਦਾ ਲਾਭ ਔਰਤਾਂ ਨੂੰ ਵੀ ਮਿਲਿਆ ਇਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਇੱਕ ਯੋਜਨਾ ਸ਼ੁਰੂ ਕੀਤੀ ਹੈ ਜਿਹਦਾ ਨਾਮ ਹੈ ਪੀਐਮਯੂ ਭਾਈ ਜਣ ਕੇ ਪ੍ਰਧਾਨ ਮੰਤਰੀ ਉਜਬਲਾ ਯੋਜਨਾ ਲਾਭਪਾਤਰੀਆਂ ਦੇ ਲਈ ਇੱਕ ਬਹੁਤ ਚੰਗੀ ਖਬਰ ਹੈ ਜੋ ਕਿ ਇਸ ਲੇਖ ਦਰਾਈ ਉਪਲਬਧ ਕਰਵਾਈ ਜਾ ਰਹੀ ਹੈ ਭਾਈਪਾਸ ਸਰਕਾਰ ਦੇ ਪਹਿਲੇ ਕਾਰਜਕਾਲ ਦੇ ਵਿੱਚ ਆਜਾਈਆਂ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗੀਆਂ ਨੇ ਤੇ ਜਿਨ੍ਹਾਂ ਦੇ ਵਿੱਚ ਔਰਤਾਂ ਤੋਂ ਲੈ ਕੇ ਬੱਚਿਆਂ ਤੱਕ ਸਭ ਨੂੰ ਲਾਭ ਮਿਲਿਆ ਹੈ ਜਿਸ ਦਾ ਨਾਮ ਪੀਐਮਯੂ ਭਾਈ ਜਣ ਕੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤੇ ਸਜੋਇਨਰ ਤਹਿਤ ਸ਼ਾਮਲ ਹੋਣ ਵਾਲੇ ਲਾਭਪਾਤਰੀਆਂ ਦੇ ਲਈ ਬਹੁਤ ਚੰਗੀ ਖਬਰ ਹੈ ਇਸ ਯੋਜਨਾ ਤਹਿਤ ਜੁੜੇ ਲਾਭਪਾਤਰ ਨੂੰ ਆਮ ਗਾਹਕਾਂ ਦੇ ਮੁਕਾਬਲੇ 300 ਰੁਪਏ ਸਸਤਾ ਐਲਪੀਜੀ ਸਿਲੰਡਰ ਮਿਲਣਾ ਜਾਰੀ ਰਵੇਗਾ 300 ਰੁਪਏ ਦਾ ਸਸਤਾ ਐਲਪੀਜੀ ਗੈਸ ਦਾ ਸਿਲੰਡਰ ਘਰ ਲੈ ਜਾਣ ਦਾ ਮੌਕਾ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਦਾ ਦੇ ਕੇ ਪ੍ਰਧਾਨ ਮੰਤਰੀ ਦੇ ਇਸ ਯੋਜਨਾ ਦਾ ਲਾਭ ਲੈਣ ਵਾਲੇ ਪਰਿਵਾਰਾਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਾਰਚ ਮਹੀਨੇ ਦੇ ਵਿੱਚ 300 ਰੁਪਏ ਦੀ ਸਬਸਿਡੀ ਦੇ ਨਾਲ ਨਾਲ ਮੁਫਤ ਐਲਪੀਜੀ ਸਿਲੰਡਰ ਕੇਂਦਰ ਸਰਕਾਰ ਨੇ LPG ਸਿਲੰਡਰ ਤੇ ਪ੍ਰਧਾਨ ਮੰਤਰੀ ਉਜਬਲਾ ਯੋਜਨਾ ਦੇ ਹਾਪਤਕਰਾਂ ਨੂੰ 300 ਰੁਪਏ ਦੀ ਸਬਸਿਡੀ ਦਿੱਤੀ ਆ ਇਹ ਸਬਸਿਡੀ 31 ਮਾਰਚ 2025 ਤੱਕ ਲਾਭਪਾਤਰਾਂ ਨੂੰ ਦਿੱਤੀ ਜਾਂਦੇ ਰਵੇਗੀ ਅਗਲੇ 8 ਮਹੀਨਿਆਂ ਦੇ ਲਈ 300 ਰੁਪਏ ਦੀ ਸਬਸਿਡੀ ਯਾਨੀ ਕਿ ਗੈਸ ਸਿਲੰਡਰ ਧਾਰਕ 8 ਮਹੀਨਿਆਂ ਦੇ ਲਈ ਐਸ ਸਕੀਮ ਦਾ ਲਾਭ ਲੈ ਸਕਣਗੇ ਵਿਦੇਸ਼ ਜਾਣ ਵਾਲੇ ਭਾਰਤੀਆਂ ਦੇ ਲਈ ਵੱਡੀ ਖੁਸ਼ਖਬਰੀ ਐਸ ਦੇਸ਼ ਨੇ ਭਾਰਤਕਾਂ ਨੂੰ ਦਿੱਤਾ ਇਹ ਵੱਡਾ ਆਫਰ ਇੰਡੋਨੇਸ਼ੀਆ ਇਨ ਵਦੇਸ਼ ਜਾਣ ਦੇ ਚਾਹਵਨਦਿਲ ਰਸਤਾ ਆਸਾਨ ਕਰਨ ਜਾ ਰਿਹਾ ਦੱਸ ਰਿਹਾ ਕਿ ਇੰਡੋਨੇਸ਼ੀਆ ਦਾ ਬਾਲੀ ਟੱਪ ਭਾਰਤੀਆਂ ਦੇ ਲਈ ਚੋਟੀ ਦੇ ਸਰਸਪਾਟਾ ਸਥਾਨਾਂ ਦੇ ਵਿੱਚ ਐਕਤ ਹੋਣਾ ਇੰਡੋਨੇਸ਼ੀਆਈ ਸਰਕਾਰ ਨੇ ਕੋਮਨ ਪਰੰਦੇ ਸ਼ਕੀਨਾ ਦਲੀਤ ਦੇ ਦੀ ਆਰਥਿਕਤਾ ਨੂੰ ਹਲਾਰਾ ਦੇਣ ਦੇ ਲਈ ਭਾਰਤ ਦੇ ਨਾਲ ਉਨੇ ਹੋਰਾਂ ਦੇਸ਼ਾਂ ਦੇ ਯਾਤਰੀਆਂ ਨੂੰ ਵੀਜ਼ਾ ਮੁਕਤ ਦਾਖਲਾ ਪ੍ਰਦਾਨ ਕਰਨ ਦੀ ਜੋ ਇਹਨਾਂ ਦਾ ਐਲਾਨ ਕੀਤਾ ਇੰਡੋਨੇਸ਼ੀਆ ਦੇ ਸਰਸਪਾਟਾ ਮੰਤਰੀ ਸੈਂਡਿਆਗਾ ਉਨਾਂ ਦੇ ਅਗਵਾਈ ਵਾਲੇ ਪਹਿਲ ਕਦਮੀ ਦਾ ਉਦੇਸ਼ ਅਕਤੂਬਰ 2024 ਤੋਂ ਪਹਿਲਾਂ ਮੁਆਫਤਾ ਜੋ ਇਹਨਾਂ ਨੂੰ ਅੰਤਮ ਰੂਪ ਦੇਣਾ ਹੈ ਮੌਨਸੂਨ ਦੇ ਚੱਲਦੇ ਔਰੇਂਜ ਅਲਰਟ ਜਾਰੇ ਪੰਜਾਬ ਅਤੇ ਇਹਨਾਂ ਰਾਜਾਂ ਦੇ ਵਿੱਚ ਪੈ ਸਕਦਾ ਭਾਰੀ ਮੀਂਹ ਜੁਲਾਈ ਦੇ ਪਹਿਲੇ ਹਫਤੇ ਤੱਕ ਮੌਨਸੂਨਾਂ ਪੂਰੇ ਭਾਰਤ ਵਿੱਚ ਆਪਣਾ ਰੰਗ ਅਦਕਾਰਿਆ ਪਰ ਕੁਝ ਥਾਵਾਂ ਤੇ ਹਦੀ ਰਫਤਾਰ ਵੀ ਠੰਡੀ ਪੈ ਗਿਆ ਰਾਤ ਦੀ ਗੱਲ ਇਹ ਹੈ ਕਿ ਕੁਝ ਰਾਜਾਂ ਦੇ ਵਿੱਚ ਅੱਤ ਦੀ ਗਰਮੀ ਤੋਂ ਰਾਤ ਮਿਲਿਆ ਪਰ ਇਸ ਸਮਾਂ ਸੁੰਦੇ ਬਰਸਾਤ ਨੇ ਕਈ ਸਬਜ਼ੀਆਂ ਤੇ ਹੋਰ ਆਕਰੇਲੂ ਚੀਜ਼ਾਂ ਦੀਆਂ ਕੀਮਤਾਂ ਵੀ ਵਧਾਰਤੀਆਂ ਦੇ ਕਰ ਦਿੱਲੀ ਦੇ ਗੱਲ ਕਰੀਏ ਤਾਂ ਪਿਛਲੇ 2 ਦਿਨਾਂ ਤੋਂ ਸਮਾਂ ਦੇ ਵਿੱਚ ਕਾਲੇ ਬੱਦਲ ਆ ਛਾਏ ਹੋ ਜਾਂਦ ਪਰ بارش ਨਹੀਂ ਹੋ ਪਾਰੀ ਉਥੇ ਪੜੇ ਰਾਜਾਂ ਦੇ ਵਿੱਚ ਅੱਜ ਭਾਰਵੇਂ ਦੇ ਚੇਤਾਵਨੀ ਦਿੱਤੇ ਗਿਆ ਆਉਂ ਜਾਂਦਾ ਕਿ ਕਿਹੜੇ ਸਵੇਰੇ ਵਿੱਚ ਮੀਂਹ ਤੋਂ ਬਾਅਦ ਗਰਮੀ ਤੋਂ ਮਿਲੇਗੀ ਰਹਾ ਤਾਂ ਜਾਣੋ ਪੰਜਾਬ ਹਰਿਆਣਾ ਦੇ ਵਿੱਚ ਮੌਸਮ ਦਾ ਕੀ ਹੋਵੇਗਾ ਹਾਲ ਅੱਜ ਦੋਵਾਂ ਰਾਜਾਂ ਦੇ ਵਿੱਚ ਬੱਦਲ ਛਾਏ ਰਹਿਣਗੇ ਪਰ ਮੀਂਹ ਦੀ ਕੋਈ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਨਹੀਂ ਜਿਤਾਈ ਜਾ ਰਹੀ ਹਾਲਾਂਕਿ 10 ਜੁਲਾਈ ਨੂੰ ਮੌਸਮ ਸਾਫ਼ ਰਹਿਣ ਵਾਲਾ ਇਸ ਤੋਂ ਬਾਅਦ 11 ਜੁਲਾਈ ਨੂੰ ਭਾਰੀ ਮੀਂਹ ਦੇ ਚੇਤਾਵਨੀ ਦਿੱਤੀ ਗਈ ਹੈ ਪੰਚਾਇਤੀ ਚੋਣ ਲੈ ਕੇ ਗੋਲੀਆਂ ਚੱਲੀਆਂ ਜਿਆਂ ਉਸ ਤੋਂ ਪੰਚਾਇਤ ਦੀ ਆਉਣ ਵਾਲੀ ਚੋਣ ਸਰਪੰਚ ਦੇ ਅਹੁਦੇ ਦੇ ਲਈ ਖੜੇ ਹੋਣ ਤੋਂ ਚਲਦੀ ਖੇਚੋ ਤਾਨ ਦੇ ਕਾਰਨ ਪੱਟੇ ਲੱਕਰੇ ਪਿੰਡ ਪਾਈ ਲੱਧੂ ਦੇ ਵਿੱਚ ਸ਼ਨੀਚਰਵਾਰ ਦੇ ਸ਼ਾਮ ਨੂੰ ਗੋਲੀਆਂ ਚੱਲ ਗਈਆਂ ਘਟਮਾਰ ਦੇ ਕਾਰਨ ਜਾਕਮੋਏ ਇੱਕ ਕ ਵਿਅਕਤੀ ਨੂੰ ਕੜੇ ਆਲਾ ਦੇ ਸਬਲਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਥਾਣਾ ਪੱਟੀ ਸਦਰ ਦੇ ਪੁਲਿਸ ਨੇ ਚਾਰ ਜਣੇ ਦੇ ਖਿਲਾਫ ਕੇਸ ਦਰਜ ਕਰ ਲਿਆ ਮੁਲਜ਼ਮਾਂ ਦੇ ਵਿੱਚ ਪਾਈ ਲੱਦੂ ਪਿੰਡ ਦੇ ਵਾਸੀ ਸੁਖਦੇਵ ਸੰਘਾ ਗੁਰਚੇਤਾ ਸੰਗਤ ਉਹਦਾ ਪ੍ਰ ਹਰਪ੍ਰੀਤ ਸੰਗਤ ਆਲਗੋ ਕੋਠੀ ਪਿੰਡ ਦੇ ਵਾਸੀ ਸੁਖਦੇਵ ਸੰਘਾ ਸ਼ਾਮਲ ਹਨ ਮੁਲਜ਼ਮਾਂ ਨੇ ਹਥਿਆਰ ਬੰਦ ਹੋ ਕੇ ਸ਼ਨੀਚਰ ਬਾਰ ਨੂੰ ਸ਼ਾਮ ਵੇਲੇ ਪਿੰਡ ਦੇ ਸਰਪੰਚੀ ਦੀ ਚੋਣ ਲੜਨ ਦੇ ਚਾਹਵਾਨ ਗੁਰਮੀਤ ਸਿੰਘ ਦੇ ਘਰ ਆ ਕੇ ਗੋਲੀਆਂ ਚਲਾਈਆਂ ਤੇ ਉਦੇ ਚਾਚਾ ਹਰਜੀਤ ਸਿੰਘ ਦੇ ਕੁੱਟਮਾਰ ਕਰਕੇ ਗੰਬੀਰ ਜਖਮੀ ਕਰ ਦਿੱਤਾ ਉਧਰ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਪੰਚਾਇਤੀ ਚੋਣਾਂ ਦੇ ਤਰੀਕਾ ਨੂੰ ਲੈ ਕੇ ਵੀ ਵੱਡੀ ਖਬਰ ਆ ਚੁੱਕੀ ਆ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਨੋਟੀਫਿਕੇਸ਼ਨ ਜਲਦੀ ਜਾਰੀ ਕਰ ਦਿੱਤਾ ਜਾਵੇਗਾ ਮੁਫਤਬਾਚਾ ਬੰਡੇ ਜਾ ਰਹੀਆਂ ਸ਼ਰਾਬ ਤੇ ਬੀਅਰ ਲੋਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ ਨਿਆਣ ਉਸ ਤੋਂ ਸ਼ਰਾਬ ਦੀਆਂ ਬੋਤਲਾਂ ਦੀਆਂ ਪੇਟੀਆਂ ਤੇ ਆਪਣੇ ਬਾਰੇ ਦੇ ਉਡੀਕ ਕਰੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਤੇ ਲਾਈਨ ਵਿੱਚ ਖੜੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਪੁਲਿਸ ਕਰਨਾਟਕ ਦੇ ਵਿੱਚ ਹੈ ਸ਼ਰਾਬ ਦੇ ਲਈ ਲੰਬੀਆਂ ਲੱਗੀਆਂ ਕਤਾਰਾਂ ਦੇ ਦਿੱਲੀ ਦੇ ਵਿੱਚ ਆ ਕਰੋਨਾ ਕਾਲ ਦੇ ਵਿੱਚ ਲੱਗੀਆਂ ਲਾਈਨਾਂ ਦੀ ਯਾਦਦਾਰ ਤੇ ਪਰ ਕਰਨਾਟਕ ਦੇ ਵਿੱਚ ਹੈ ਸ਼ਰਾਬ ਲੈਣ ਦੇ ਲਈ ਲੋਕਾਂ ਦੇ ਪੀੜ ਕੇ ਸੇ ਠੇਕੇ ਅੱਗੇ ਨਹੀਂ ਸਗੋਂ ਭਾਈਪਾ ਨੇਤਾ ਦੇ ਪ੍ਰੋਗਰਾਮ ਦੇ ਵਿੱਚ ਲੱਗਿਆ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਸਵੀਰਾਂ ਦੇ ਵਿੱਚ ਭਾਈਪਾ ਨੇਤਾ ਨੇ ਤਨਵਾਦੇ ਪ੍ਰੋਗਰਾਮ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਲੈਣ ਦੇ ਲਈ ਲੰਬੀਆਂ ਕਤਾਰਾਂ ਤੇ ਲੋਕਾਂ ਦੇ ਪੇੜਾ ਦਿਖਾਈ ਦੇ ਰਹੇ ਆ ਵਾਇਰਲ ਵੀਡੀਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪ੍ਰੋਗਰਾਮ ਦੇ ਵਿੱਚ ਹਜ਼ਾਰਾਂ ਬੋਤਲਾਂ ਬੀਅਰ ਅਤੇ ਸ਼ਰਾਬ ਵੰਡੀ ਗਈ ਠੰਢੀ ਬੀਅਰ ਅਦ ਲਈ اے سی ਫਰਿੱਜ ਵਾਲੀਆਂ ਬੈਨਾ ਸਮਾਗਮ ਵਾਲੀ ਥਾਂ ਤੇ ਖੜੀਆਂ ਦੇਖ ਰਹੀਆਂ ਹਨ